ਰੋਟਰੀ ਕਲੱਬ ਨਾਭਾ ਤੋਂ ਹਰਸ਼ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ, ਪ੍ਰੋਜੈਕਟ ਚੇਅਰਮੈਨ ਲਲਿਤ ਗੁਪਤਾ, ਚੇਅਰਮੈਨ ਪੰਕਜ ਜੈਨ, ਵਾਈਸ ਚੇਅਰਮੈਨ ਅਜੇ ਗਰਗ ਕਾਲਾਝਾੜ ਦੀ ਅਗਵਾਈ ਵਿੱਚ 56 ਮੈਂਬਰੀ ਜਥਾ ਮਥੁਰਾ ਵਰਿੰਦਾਵਨ ਦੀ ਤੀਰਥ ਯਾਤਰਾ ਲਈ ਰਵਾਨਾ ਹੋਇਆ। ਬੱਸ ਨੂੰ ਹਰੀ ਝੰਡੀ ਦੇਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ, ਚਰਨਜੀਤ ਬਾਤਿਸ਼, ਹਨੀ ਧਾਲੀਵਾਲ, ਗੌਰਵ ਗਾਬਾ, ਸੁਰਿੰਦਰ ਸਿੰਧੀ ਅਤੇ ਕਾਰਤਿਕ ਕੰਸਲ ਨੇ ਸਾਂਝੇ ਤੌਰ ਤੇ ਕੀਤੀ। ਜਿਹੜੇ ਵਿਸ਼ੇ ਧਰਮ ਦੇ ਕੰਮ ਚ ਮੋਹਰੇ ਰਹਿੰਦੇ ਨੇ ਉਹਨਾਂ ਦੇ ਨਾਲ ਗੌਰਵ ਗਾਬਾ ਜੀ ਸਾਡੇ ਸੀਓ ਨੇ, ਟੀਰਾ ਆਟੋਮੋਬਾਈਲ ਦੇ ਪਹੁੰਚੇ ਨੇ ਪ੍ਰਧਾਨ ਟਰੈਕਟਰ ਨੇ ਨਾਭਾ, ਨਵਦੀਪ ਧਾਲੀਵਾਲ ਜੀ ਰਾਣਾ ਜੀ ਔਰ ਭੇਸ਼ਵਾਲ ਸਰਭਾਸ਼ੀ ਜੀ ਸਾਡੇ ਅਜੀਤ ਬੱਚੇ ਨੇ ਜਿਹੜੇ ਹਰ ਸਮਾਨ ਗਰੁੱਪ ਬਣਾਇਆ ਹੋਇਆ ਔਰ ਸਾਰੇ ਸ਼ਸ਼ੀ ਜੀ ਇਹਨਾਂ ਦੇ ਸਾਰੇ ਸਾਥੀ ਖੜੇ ਨੇ ਔਰ ਰਾਜੂ ਜੀ ਉਹਦੇ ਸਾਰੇ ਜਾ ਰਹੇ ਹੋ ਭਾਗ ਜੀ ਤੁਸੀਂ ਵੀ ਇੱਥੇ ਢੀਗੜਾ ਸਾਹਿਬ ਰਾਧੇ ਰਾਧੇ ਸੋ ਸਾਰਿਆਂ ਨੂੰ ਰਾਧੇ ਰਾਧੇ ਕ੍ਰਿਸ਼ਨ ਭਗਵਾਨ ਕਿਰਪਾ ਕਰੇ ਕਿ ਨਾਭੇ ਦਾ ਨਾਂ ਇਸੇ ਤਰ੍ਹਾਂ ਬੱਚੇ ਮੈਂ ਦੇਖੇ ਆ ਮੈਂ ਇਹਦੀ ਲਾਈਕ ਵੀ ਕਰਦਾ ਪੋਸਟ ਬੱਸ ਦੇ ਵਿੱਚ ਵੀ ਪਿਛਲੀ ਵਾਰ ਗਾਉਂਦੇ ਵਜਾਉਂਦੇ ਮੇਰੀਆਂ ਭੈਣਾਂ ਮਾਮਾ ਸਾਰੇ ਰਾਧੇ ਰਾਧੇ ਕਰਦੇ ਉੱਥੇ ਤੱਕ ਗਏ ਨੇ ਔਰ ਹੋਰ ਸ਼ਕਤੀ ਬਖਸ਼ੇ ਤਾਂ ਜੋ ਆਪਾਂ ਪਰਮਾਤਮਾ ਦਾ ਗੁਣਗਾਨ ਕਰਦੇ ਹੋਈਏ ਉੱਥੇ ਜਿਹੜੀ ਹਾਜ਼ਰੀ ਲਾਈਏ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੀ ਸੀ ਪੀ ਨਿਊਜ਼ ਤੋਂ ਰੇਨੂ ਗੁਪਤਾ ਦੀ ਰਿਪੋਰਟ।